ਮੈਂ ਕਾਲਜ ਦੀ ਗੱਲ ਕਰ ਰਿਹਾ ਸੀ, ਇੱਕ ਗਾਣਾ ਆ ਰਿਹਾ ਸਾਡਾ ਆਖਰੀ ਦਿਨ, ਜਿਹੜੇ ਕਾਲਜ ਦੇ ਜਾਣ ਵਾਲੇ ਹੁੰਦੇ ਆ ਕਾਲਜ ਦੀ ਲਾਈਫ, ਜ਼ਿੰਦਗੀ 'ਚ ਕੁਛ ਵੀ ਬਣ ਜਾਓ, ਕੁਛ ਵੀ ਅਚੀਵ ਕਰ ਲਓ, ਕਿਤੇ ਵੀ ਚਲੇ ਜਾਓ, ਪਰ ਜਿਹੜਾ ਆਹ ਗੋਲਡਨ ਪੀਰੀਅਡ ਆ ਤੁਹਾਡੀ ਲਾਈਫ ਦੇ ਵਿੱਚ, ਇਹ ਤੁਹਾਨੂੰ ਕਿਤੇ ਨਹੀਂ ਮਿਲਣਾ ਕਦੀ ਵੀ। ਯਾਦ ਰੱਖਿਓ ਕਿ ਜਿਹੜੇ ਸੱਜਣ ਮਿੱਤਰ ਆ, ਜਿਹੜੇ ਹੁਣ ਤੁਹਾਡੀਆਂ ਸਹੇਲੀਆਂ ਬਣ ਜਾਣੀਆਂ, ਇਹ ਜ਼ਿੰਦਗੀ 'ਚ ਤੁਹਾਨੂੰ ਸਾਰੀ ਉਮਰ ਯਾਦ ਰਹਿਣੀ ਆ। ਸਹੇਲੀਆਂ ਇਹਨਾਂ ਦੀਆਂ ਵੀ ਆ ਤੁਹਾਡੇ ਸੱਜਣ ਮਿੱਤਰ ਹੀ। ਗਾਣਾ ਮੈਂ ਅੱਜ ਇੱਥੇ ਸੁਣਾਉਣ ਲੱਗਿਆ, ਸੁਣ ਕੇ ਆਪਣੀ 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 ਜਿਹੜੀ ਜ਼ਿੰਦਗੀ ਆ, ਜਿਹੜੀ ਲਾਈਫ ਦਾ ਪੀਰੀਅਡ ਆ, ਉਹਨੂੰ ਯਾਦ ਕਰਕੇ। ਮੈਂ ਜਦੋਂ ਖਾਲਸਾ ਕਾਲਜ, ਮੈਂ ਡਬਲ ਐਮ ਏ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ 2013 'ਚ ਪਾਸ ਆਊਟ ਹੋਇਆ ਸੀ। ਉਹ ਤੋਂ ਬਾਅਦ ਗਾਣਾ ਚੱਲ ਗਿਆ, ਕਲਾਕਾਰ ਬਣ ਗਏ, ਨਹੀਂ ਤਾਂ ਮੈਂ ਤੀਜੀ ਐਮ ਏ ਲਈ ਅਪਲਾਈ ਕਰਦਾ ਸੀ। ਉਹ ਗਾਣਾ ਆ ਕਿ ਦਿਨ ਆਖਰੀ ਕਾਲਜ ਦੇ ਹਰ ਕੋਈ ਬੈਠਾ ਸੋਚ ਵਿਚਾਰੇ, ਫਿਰ ਮਿਲਣੇ ਨੇ ਕੇ ਨਾ ਆਖੋਰੇ ਸੱਜਣ ਜਾਨੋ ਪਿਆਰੇ, ਮੁੱਕ ਗਈਆਂ ਡਿਗਰੀਆਂ ਜੀ, ਓ ਯਾਰਾਂ ਚੁਗਲੀ ਚੋਗ ਖਿਲਾਰੀ ਖਿਲਾਰੀ, ਇੱਕ ਫਿਕਰ ਕਿਵੇਂ ਭੁੱਲੂ ਭੁੱਲੂ, ਜ਼ਿੰਦਗੀ ਰਾਜਿਆਂ ਵਾਂਗ ਗੁਜ਼ਾਰੀ। ਇਹ ਰਾਜਿਆਂ ਦੀ ਜ਼ਿੰਦਗੀ ਹੁੰਦੀ ਹੈ ਜਿਹੜੀ ਕਾਲਜ ਲਾਈਫ ਹੁੰਦੀ ਹੈ। ਬੰਦੇ ਕੋਲ 500 ਰੁਪਈਆ ਹੋਵੇ ਬੰਦਾ ਬਾਦਸ਼ਾਹ ਹੁੰਦਾ, ਸੱਚੀ ਗੱਲ। ਔਰ ਇੱਕੋ ਇੱਕ ਲਾਈਫ ਆ ਜਿਹਦੇ 'ਚ ਬੰਦਾ ਕਦੀ ਨਹੀਂ ਸੰਗਦਾ, ਭਾਵੇਂ ਕਿਸੇ ਦੀ ਕਮੀਜ਼ ਮੰਗ ਲਓ, ਟੀ ਸ਼ਰਟ ਮੰਗ ਲਓ, ਕਿਹੜੀ ਸੰਗ। ਅਗਲੀ ਗੱਲ, ਕਿਵੇਂ ਭੁੱਲੂ ਬਾਵੇ ਨੂੰ, ਕਾਮਨ ਰੂਮ ਲਹਿਰਾਉਂਦੀ ਚੁੰਨੀ, ਜਦੋਂ ਹੋਸਟਲ ਨਾਈਟ ਉੱਤੇ ਫਿਰ ਬਦਨਾਮ ਕੀਤੀ ਹੀ ਸੀ ਮੁੰਨੀ। ਉਦੋਂ ਇੱਕ ਗਾਣਾ ਬਹੁਤ ਚੱਲਿਆ ਸੀ, ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ, ਅਸੀਂ ਹੋਸਟਲ ਨਾਈਟ ਤੇ ਪਾਗਲਾਂ ਵਾਂਗੂ ਨੱਚੇ ਸੀ, ਫਿਰ ਹੋਸਟਲ ਨਾਈਟ ਉੱਤੇ ਜਦ ਬਦਨਾਮ ਕੀਤੀ ਸੀ ਮੁੰਨੀ, ਸਾਬਣ ਪੇਸਟ ਚੋਰੀ ਦਾ, ਕਿਸੇ ਦੇ ਕੱਪੜੇ ਮੰਗ ਕੇ ਪਾਉਣਾ, ਓਏ ਉਹ ਮੈਸ ਦੀਆਂ ਰੁੱਖੀਆਂ ਨੂੰ ਜਦ ਚਾੜ ਚਿੱਥ ਕੇ ਖਾਣਾ। ਕੁੜੀਆਂ ਦੀ ਗੱਲ, ਕੁੜੀਆਂ ਨੂੰ ਫਿਕਰ ਪਿਆ ਨੀ ਲੱਭੀਏ ਘਰੋਂ ਆਉਣ ਦੇ ਜ਼ਰੀਏ, ਕੋਈ PGDCA ਜਾਂ ਫਿਰ ਕੰਪਿਊਟਰ ਕੋਰਸ ਕਰੀਏ, ਘਰ ਵੇਲੇ ਜੇ ਬਹਿ ਗਏ ਵੱਜਣਾ ਨਿੱਤ ਨਵਾਂ ਕੋਈ ਮੇਣਾ, ਸਾਡੀ ਇੱਕ ਚੱਲਣੀ ਨਾ ਮਾਪਿਆਂ ਵਿਆਹ ਸਾਡਾ ਕਰ ਦੇਣਾ,